ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਪੂਰੇ ਪੰਜਾਬ ਦੇ ਸਰਕਾਰੀ ਹੜਤਾਲੀ ਕਾਲਜਾਂ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਸਰਕਾਰ ਵੱਲੋਂ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਸਰਕਾਰੀ ਕਾਲਜ ਰੋਪੜ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਪੁਤਲਾ ਫੂਕਿਆ ਗਿਆ। ਇੱਥੇ ਅੱਜ ਟੀਚਰਾਂ ਦਾ ਧਰਨਾ ਚੱਲ ਰਿਹਾ, ਉਹਨਾਂ ਨੇ ਅੱਜ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ। ਅਸੀਂ ਵਿਦਿਆਰਥੀ ਉਹਨਾਂ ਦੇ ਨਾਲ ਹੈਗੇ ਹਾਂ, ਕਿਉਂਕਿ ਸਰਕਾਰ ਦਾ ਇਹ ਕਹਿਣਾ ਕਿ ਆਪਾਂ ਇਹਨਾਂ ਨੂੰ 31 ਮਾਰਚ ਤੱਕ ਕੱਢ ਰਹੇ ਹਾਂ ਅਤੇ 1 ਅਪ੍ਰੈਲ ਤੋਂ ਨਵਾਂ ਸਟਾਫ ਲਿਆ ਰਹੇ ਨੇ। ਸਾਡੀ ਇਹਨਾਂ ਨਾਲ ਅਟੈਚਮੈਂਟ ਜੁੜੀ ਹੋਈ ਹੈ ਵਿਦਿਆਰਥੀਆਂ ਦੀ। ਵਿਦਿਆਰਥੀਆਂ ਨੇ ਟੀਚਰਾਂ ਦੇ ਸੰਗ ਰਹਿ ਕੇ ਪੜ੍ਹਿਆ ਹੈ, ਹੁਣ ਇਹ ਟੀਚਰਾਂ ਨੂੰ ਬਾਹਰ ਕੱਢ ਰਹੇ ਨੇ। ਅਤੇ ਦੂਸਰੀ ਮੰਗ ਇਹ ਜੁੜੀ ਹੋਈ ਹੈ ਸਾਡੀ ਵਿਦਿਆਰਥੀਆਂ ਦੀ ਨਾਲ ਟੀਚਰਾਂ ਦੇ, ਕਿ ਜਿਹੜਾ PTA ਫੰਡ ਸਾਡੇ ਤੋਂ ਲਿਆ ਜਾਂਦਾ ਉਹ ਵਿਦਿਆਰਥੀ ਇਹਨਾਂ ਨੂੰ ਜਿਹੜੀ ਹੈਗੀ ਤਨਖਾਹ ਦਿੰਦੇ ਹੈ, ਜਿਹੜੀ ਸਰਕਾਰ ਆ ਉਹ ਆਪਣੇ ਖਜ਼ਾਨੇ ਤੋਂ ਸਿਰਫ ਕੁਛ ਕੁ ਰੁਪਏ ਦਿੰਦੀ ਹੈ। ਹੁਣ ਜਦੋਂ ਇਹ ਸਰਕਾਰ ਇਹਨਾਂ ਨੂੰ ਪੱਕੇ ਕਰੇਗੀ ਤਾਂ ਉਹ ਸਾਰਾ ਤਨਖਾਹ ਜਿਹੜੀ ਹੈਗੀ ਟੀਚਰਾਂ ਦੀ, ਪ੍ਰੋਫੈਸਰਾਂ ਦੀ, ਉਹ ਸਰਕਾਰ ਆਪਣੇ ਖਜ਼ਾਨੇ ਤੋਂ ਦਊਗੀ ਅਤੇ ਵਿਦਿਆਰਥੀਆਂ 'ਤੇ ਬੋਝ ਘਟੂਗਾ। ਜਿਹੜੇ ਗਰੀਬੀ ਰੇਖਾ ਤੋਂ ਥੱਲੇ ਵਾਲੇ ਵਿਦਿਆਰਥੀ ਆ ਉਹ ਵੀ ਆ ਕੇ ਕੋਲੇ ਦੇ ਵਿੱਚ ਪੜ੍ਹ ਸਕਦੇ ਨੇ। ਸਿਰਫ ਜਿਹੜੀ ਸਾਡੇ ਕੋਲੋਂ 12,000 ਫੀਸ ਲਈ ਜਾਂਦੀ ਹੈ, ਸਿਰਫ ਅੱਧੀ ਹੋ ਜਾਏਗੀ 6,000। ਇਸ ਕਰਕੇ ਵਿਦਿਆਰਥੀ ਅੱਜ ਅਸੀਂ ਅਧਿਆਪਕਾਂ ਦੇ ਨਾਲ ਹੈ। ਪੰਜਾਬ ਸਟੂਡੈਂਟ ਯੂਨੀਅਨ ਪੂਰੇ ਪੰਜਾਬ ਦੇ ਵਿੱਚ ਅਧਿਆਪਕ ਸਪੈਸ਼ਲਿਟੀ ਲੈਕਚਰਾਰਾਂ ਦੇ ਨਾਲ ਸੀਨੇ ਦੇ ਨਾਲ ਸੀਨਾ ਜੋੜ ਕੇ ਖੜੀ ਹੈ, ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਮਿਲ ਕੇ ਧਰਨਾ ਲਾਇਆ ਇਹ ਵਾਲਾ, ਕਿਉਂਕਿ ਸਾਡੇ ਟੀਚਰਾਂ ਨੂੰ ਕੱਢ ਰਹੇ 31 ਮਾਰਚ ਤੱਕ, ਇਹ 31 ਮਾਰਚ ਤੱਕ ਕੱਢ ਰਹੇ ਜਿਹੜਾ ਸਾਡਾ ਬਹੁਤ ਜ਼ਿਆਦਾ ਲੋਸ ਹੋ ਰਿਹਾ। ਇੱਕ ਤਾਂ ਸਾਡਾ ਸਿਲੇਬਸ ਨਹੀਂ ਪੂਰਾ ਹੋਇਆ, ਨਾ ਸਾਡੀ ਸਟੱਡੀ ਰਿਕਵਰ ਹੋਈ ਆ, ਅਤੇ ਸਾਡੇ MST ਵੀ ਦੇ ਰਹੇ ਆ ਟੀਚਰਸ, ਅਤੇ MST ਵੀ ਇਹਨਾਂ ਟੀਚਰਾਂ ਨੇ ਸਾਨੂੰ ਪੜ੍ਹਾਇਆ। ਜਿਹੜੇ ਟੀਚਰ ਨੇ ਸਾਨੂੰ ਪੜ੍ਹਾਇਆ ਉਹਨਾਂ ਨੇ ਸਾਡਾ MST ਨਹੀਂ ਲੈ ਰਹੇ, ਬਲਕਿ ਕੋਈ ਹੋਰ ਟੀਚਰਸ ਦੇ ਰਹੇ ਆ ਸਾਡਾ MST। ਸਾਡਾ ਬਹੁਤ ਜ਼ਿਆਦਾ ਲੋਸ ਹੋ ਰਿਹਾ ਹੈ। ਕੁਛ ਬੱਚਿਆਂ ਦੇ ਅੱਧੇ ਸਪਲੀ ਸੇ ਕਾਰਨ ਆਏ ਸੀ, ਕਿਉਂਕਿ ਪੜ੍ਹਦੇ ਨਹੀਂ, ਪਰ ਹੁਣ ਟੀਚਰ ਜਦੋਂ ਸਟ੍ਰਾਈਕ 'ਤੇ ਤਾਂ ਸਾਡਾ ਬਹੁਤ ਜ਼ਿਆਦਾ ਲੋਸ ਹੋ ਰਿਹਾ, ਅਤੇ ਸਾਡੀ ਸਟੱਡੀ ਰਿਕਵਰ ਨਹੀਂ ਹੋਣੀ। ਅਤੇ ਅਸੀਂ ਇਹਨਾਂ ਦੇ ਨਾਲ ਆਏ ਹਾਂ ਕਿ ਤਾਂ ਜੋ ਜਿਹੜੀ ਸਰਕਾਰ ਆ ਇਹਨਾਂ ਨੂੰ ਪੱਕੇ ਕਰਨ, ਅਤੇ ਸਾਡਾ ਜਿਹੜਾ PTA ਫੰਡ ਦਾ ਜਿਹੜਾ ਮਾਮਲਾ ਹੈ ਉਹ ਵੀ ਇਹਨਾਂ ਦੇ ਨਾਲ ਜੁੜਿਆ ਵਾ, ਅਤੇ ਸਾਡੀ ਫੀਸ ਵੀ ਜਿਹੜੀ ਸਾਡੀ ਉਹ ਵੀ ਅੱਧੀ ਹੋਊਗੀ, ਤਾਂ ਕਰਕੇ ਅਸੀਂ ਸਟੂਡੈਂਟ ਸਾਰੇ ਇਹਨਾਂ ਦੇ ਨਾਲ ਆ, ਇਹਨਾਂ ਦੇ ਹੱਕ ਵਿੱਚ ਆ, ਅਤੇ ਅਸੀਂ ਟੀਚਰਾਂ ਦੇ ਨਾਲ ਸੰਘਰਸ਼ ਕਰਾਂਗੇ। ਟੀਚਰ ਸੰਘਰਸ਼ ਕਰਨਗੇ ਤਾਂ ਸਾਰੇ ਸਟੂਡੈਂਟ ਉਹਨਾਂ ਦੇ ਨਾਲ ਆ, ਅਤੇ ਸਾਡੀ ਇਹੀ ਮੰਗ ਆ ਕਿ ਸਰਕਾਰ ਜਲਦੀ ਤੋਂ ਜਲਦੀ ਇਹਨਾਂ ਦਾ ਫੈਸਲਾ ਕਰੇ, ਤਾਂ ਜੋ ਸਾਡੀ ਪੜ੍ਹਾਈ ਜਿਹੜੀ ਸਿਲੇਬਸ ਆ ਕਵਰ ਹੋਵੇ ਅਤੇ ਅਸੀਂ ਵਧੀਆ ਪੜ੍ਹੀਏ।